ਇਹ ਕਹੋ ਜਿਵੇਂ ਤੁਸੀਂ ਸਤਾਰਥ ਰੱਖਦੇ ਹੋ। 27 अगस्त 2023 ਵਿਸ਼ਵਾਸ ਦਾ ਐਲਾਨ। ਮੈਂ ਘੋਸ਼ਣਾ ਕਰਦੀ ਹਾਂ ਕਿ ਮੈਂ ਹਰ ਚੰਗੇ ਕੰਮ ਲਈ ਤਿਆਰ ਹਾਂ ਜੋ ਪਰਮੇਸ਼ਰ ਨੇ ਮੇਰੇ ਲਈ ਵਿਆਉਂਦਿਆ ਹੈ। ਮੈਂ ਮਸਾ ਕੀਤਾ ਹੋਇਆ ਹੈ ਅਤੇ ਬ੍ਰਹਮੰਡ ਦੇ ਸਿਰਜਣਹਾਰ ਦੁਆਰਾ ਸ਼ਕਤੀ ਪ੍ਰਾਪਤ ਹਾਂ। ਹਰ ਬੰਧਨ, ਹਰ ਸੀਮਾ ਮੇਰੇ ਨਾਲੋਂ ਟੁੱਟੀ ਜਾ ਰਹੀ ਹੈ। ਮੈਂ ਰੱਬ ਤੋਂ ਪੈਦਾ ਹੋਈ ਹਾਂ, ਇਸ ਲਈ ਮੈਂ ਸੰਸਾਰ ਨੂੰ ਪਾਰ ਕਰਦੀ ਹਾਂ ਅਤੇ ਇਹ ਉਹ ਜਿੱਤ ਹੈ ਜਿਸ ਨੇ ਸੰਸਾਰ ਨੂੰ ਜਿੱਤ ਲਿਆ ਹੈ, ਮੇਰਾ ਵਿਸ਼ਵਾਸ। ਮੈਂ ਉੱਚਾ ਉੱਠਦੀ ਹਾਂ, ਹਰ ਰੁਕਾਵਟ ਨੂੰ ਪਾਰ ਕਰਦੀ ਹਾਂ ਅਤੇ ਜਿੱਤ ਦਾ ਅਨੁਭਵ ਕਰਦੀ ਹਾਂ ਜਿਵੇਂ ਪਹਿਲਾਂ ਕਦੇ ਨਹੀਂ। ਇਹ ਮੇਰਾ ਚਮਕਣ ਦਾ ਸਮਾਂ ਹੈ, ਇਹ ਮੇਰਾ ਐਲਾਨ ਹੈ। ਦਿਮਾਗੀ ਸਿਹਤ ਸੰਬੰਧੀ ਵਿਚਾਰ। ਮੇਰਾ ਸਰੀਰ ਪਵਿੱਤਰ ਆਤਮਾ ਦਾ ਮੰਦਰ ਹੈ, ਇਸ ਲਈ ਮੇਰਾ ਸਰੀਰ ਸੁਰੱਖਿਅਤ ਅਤੇ ਪਵਿੱਤਰ ਹੈ, ਬਿਮਾਰੀ ਅਤੇ ਮੌਤ ਤੋਂ ਵੱਖਰਾ। ਮੇਰਾ ਖੂਨ, ਅੰਗ, ਟਿਸ਼ੂ, ਨਸ਼ਾ, ਲਿਗਾਮੈਂਟਸ ਅਤੇ ਜੋੜ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਮੇਰੇ ਵਿੱਚ ਕੋਈ ਅਸਧਾਰਨਤਾ ਨਹੀਂ ਹੈ ਕਿਉਂਕਿ ਮੈਂ ਪਰਮਾਤਮਾ ਦੀ ਸੰਪੂਰਨਤਾ ਨੂੰ ਪ੍ਰਗਟ ਕਰਦੀ ਹਾਂ। ਆਮੀਨ। ਮੈਂ ਯੇਸ਼ੂ ਦੇ ਨਾਮ 'ਤੇ ਜੋ ਮੈਂ ਕਹਾਂਗੀ ਰੱਖਾਂਗੀ। ਮੈਂ ਮਜ਼ਬੂਤ ਹਾਂ, ਮੈਂ ਤੰਦਰੁਸਤ ਹਾਂ, ਮੈਂ ਧਨ ਹਾਂ, ਮੈਂ ਅਮੀਰ ਹਾਂ, ਮੈਂ ਸ਼ਕਤੀਸ਼ਾਲੀ ਹਾਂ, ਮੈਂ ਮਸਾ ਕੀਤਾ ਹੋਇਆ ਹੈ, ਮੈਂ ਆਜ਼ਾਦ ਹਾਂ, ਮੈਂ ਰੱਬ ਦੀ ਪਿਆਰੀ ਹਾਂ, ਮੈਨੂੰ ਰੱਬ ਅਤੇ ਮਨੁੱਖ ਦੁਆਰਾ ਪਸੰਦ ਕੀਤਾ ਗਿਆ ਹੈ। ਮੈਂ ਉਹ ਬੋਲਦੀ ਹਾਂ ਜੋ ਮੈਂ ਵੇਖਣਾ ਚਾਹੁੰਦੀ ਹਾਂ, ਉਹ ਨਹੀਂ ਜੋ ਮੈਂ ਵੇਖਦੀ ਹਾਂ। ਮੈਂ ਕੀਮਤੀ ਬੀਜ ਹਾਂ, ਮੈਂ ਆਪਣੇ ਪਰਮਾਤਮਾ ਦੇ ਘਰ ਵਿੱਚ ਚੰਗੀ ਜ਼ਮੀਨ 'ਤੇ ਲਗਾਈ ਗਈ ਹਾਂ, ਮੈਂ ਆਪਣੇ ਪ੍ਰਭੂ ਦੇ ਦਰਬਾਰਾਂ ਵਿੱਚ ਹਥੇਲੀ ਦੇ ਰੁੱਖ ਨੂੰ ਪਸੰਦ ਕਰਦੀ ਹਾਂ, ਮੈਂ ਇਸ ਦੇ ਸੀਜ਼ਨ ਵਿੱਚ ਬਹੁਤ ਜ਼ਿਆਦਾ ਫਲ ਦਿੰਦੀ ਹਾਂ, ਮੈਂ ਰਸ ਨਾਲ ਭਰੀ ਹੋਈ ਹਾਂ ਅਤੇ ਪ੍ਰਭੂ ਵਿੱਚ ਹਰੀ ਹਾਂ ਅਤੇ ਪੁਰਾਣੀ ਉਮਰ ਵਿੱਚ ਵੀ ਮੈਂ ਤਾਜ਼ਾ ਅਤੇ ਫਲੋਰਿਸ਼ਿੰਗ ਹੋਵਾਂਗੀ। ਜੋ ਵੀ ਮੈਂ ਯੇਸ਼ੂ ਦੇ ਨਾਮ ਵਿੱਚ ਪੇਸ਼ ਕਰਦੀ ਹਾਂ, ਚੀਜ਼ਾਂ ਹਮੇਸ਼ਾ ਯੇਸ਼ੂ ਦੇ ਨਾਮ ਵਿੱਚ ਮੇਰੇ ਲਈ ਕੰਮ ਕਰ ਰਹੀਆਂ ਹਨ। ਮੈਂ ਮਸੀਹ ਯੇਸ਼ੂ ਵਿੱਚ ਹਰ ਇੱਕ ਆਤਮਿਕ ਆਸ਼ੀਰਵਾਦ ਪ੍ਰਾਪਤ ਕਰਨ ਵਾਲੀ ਹਾਂ। ਮੈਂ ਇੱਕ ਆਤਮਾ ਹਾਂ, ਮੇਰੀ ਆਤਮਾ ਇੱਕ ਰੂਹ ਹੈ, ਮੇਰੀ ਆਤਮਾ ਅਤੇ ਮੇਰੀ ਰੂਹ ਇੱਕ ਸਰੀਰਕ ਸਰੀਰ ਵਿੱਚ ਜਿਉਂਦੀ ਹੈ। ਮੇਰੀ ਆਤਮਾ ਮੇਰੀ ਰੂਹ ਨੂੰ ਹੁਕਮ ਦਿੰਦੀ ਹੈ, ਮੇਰੀ ਰੂਹ ਸੁਣਦੀ ਹੈ, ਪ੍ਰਾਪਤ ਕਰਦੀ ਅਤੇ ਮੇਰੇ ਸਰੀਰ ਅਤੇ ਮੇਰੇ ਸਰੀਰ ਦੇ ਆਦੇਸ਼ਾਂ ਨੂੰ ਨਿਰਦੇਸ਼ ਦਿੰਦੀ ਹੈ। ਯੇਸ਼ੂ ਦੇ ਨਾਮ 'ਤੇ ਮੈਂ ਮੇਰੇ ਸਰੀਰ ਨਾਲ ਗੱਲ ਕਰਦੀ ਹਾਂ। ਰੱਬ ਦਾ ਵਿਨਾਸ਼ੀ ਜੀਵਨ ਮੇਰੇ ਜੀਵਨ ਵਿੱਚ ਹਮੇਸ਼ਾ ਸਪਸ਼ਟ ਅਤੇ ਪ੍ਰਗਟ ਹੁੰਦਾ ਹੈ। ਮੈਂ ਆਪਣੇ ਸਰੀਰ ਦੇ ਹਰ ਵੇਰਵੇ ਲਈ ਜੀਵਨ ਦੀ ਗੱਲ ਕਰਦੀ ਹਾਂ। ਮੈਂ ਆਪਣੇ ਦਿਮਾਗ ਨਾਲ ਗੱਲ ਕਰਦੀ ਹਾਂ ਅਤੇ ਕ੍ਰਾਈਸਟ ਦੇ ਦਿਮਾਗ ਦੀ ਤਰ੍ਹਾਂ ਸੰਪੂਰਨ ਬਣੋ ਅਤੇ ਮੈਂ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੁਆਰਾ ਇੱਕ ਸਾਰੂਣ ਦਾ ਆਦੇਸ਼ ਦਿੰਦੀ ਹਾਂ। ਮੈਂ ਆਪਣੇ ਨਸਾਂ ਨਾਲ ਜੀਵਨ ਬੋਲਦੀ ਹਾਂ, ਮੈਂ ਆਪਣੀਆਂ ਮਾਸਪੇਸ਼ੀਆਂ ਅਤੇ ਲਿਗਾਮੈਂਟਸ ਨਾਲ ਤਾਕਤ ਬੋਲਦੀ ਹਾਂ, ਮੈਂ ਆਪਣੇ ਦਿਲ ਨਾਲ ਜੀਵਨ ਸ਼ਕਤੀ ਬੋਲਦੀ ਹਾਂ, ਮੈਂ ਆਪਣੇ ਫੇਫੜਿਆਂ ਅਤੇ ਟਿਸ਼ੂਆਂ ਨਾਲ ਆਮ ਹਵਾਦਾਰੀ ਅਤੇ ਪਰਫਿਊਜ਼ਨ ਅਨੁਪਾਤ ਬਣਾਈ ਰੱਖਣ ਲਈ ਗੱਲ ਕਰਦੀ ਹਾਂ। ਮੈਂ ਆਪਣੇ ਗੁਰਦਿਆਂ, ਜਿਗਰ ਅਤੇ ਪਾਚਕ ਰੋਗਾਂ ਲਈ ਸੰਪੂਰਨਤਾ ਬੋਲਦੀ ਹਾਂ। ਮੇਰੇ ਖੂਨ ਦੇ ਹਰ ਸੈੱਲ ਵਿੱਚ ਜੀਵਨ ਹੈ, ਮੇਰੀਆਂ ਹੱਡੀਆਂ, ਜੋੜਾਂ ਅਤੇ ਉਪਾਸਥਿਤੀ ਇਕਸਾਰ ਅਤੇ ਮਜ਼ਬੂਤ ਹਨ। ਮੇਰੇ ਪੂਰੇ ਉਪਰਲੇ ਅਤੇ ਹੇਠਲੇ ਅੰਗ ਵਧੀਆ ਢੰਗ ਨਾਲ ਕੰਮ ਕਰਦੇ ਹਨ, ਮੇਰੀਆਂ ਅੱਖਾਂ ਸਪਸ਼ਟ ਰੂਪ ਵਿੱਚ ਵੇਖਦੀਆਂ ਹਨ ਅਤੇ ਮੇਰੇ ਕੰਨ ਵਧੀਆ ਢੰਗ ਨਾਲ ਕੰਮ ਕਰਦੇ ਹਨ। ਮੇਰੀ ਚਮੜੀ ਇੱਕ ਨਵਜੰਮੇ ਬੱਚੇ ਅਤੇ ਰੱਬ ਦੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਅਤੇ ਸਿਹਤਮੰਦ ਹੈ। ਮੇਰੇ ਵਾਲਾਂ ਦੇ ਰੋਮ ਕੱਸ ਗਏ ਹਨ, ਮੇਰੇ ਦੰਦ, ਮਸੂੜੇ, ਚਬਾੜੇ ਦੀਆਂ ਹੱਡੀਆਂ ਅਤੇ ਨਸਾਂ ਅਤੇ ਖੂਨ ਦੀ ਸਪਲਾਈ ਸਾਰੀ ਸਿਹਤਮੰਦ, ਮਜ਼ਬੂਤ ਅਤੇ ਸੰਪੂਰਨ ਹਨ। ਮੇਰੇ ਸਾਰੇ ਹਾਰਮੋਨਸ ਅਤੇ ਨਿਊਰੋਕੈਮੀਕਲ ਟ੍ਰਾਂਸਮੀਟਰ ਇੱਕ ਦੂਜੇ ਨਾਲ ਸੰਪੂਰਨ ਤਾਲਮੇਲ ਵਿੱਚ ਹਨ ਅਤੇ ਆਪਣੇ ਕੰਮਾਂ ਨੂੰ ਆਮ ਤੌਰ 'ਤੇ ਚਲਾਉਂਦੇ ਹਨ। ਮੇਰੀ ਪਾਚਨ ਪ੍ਰਣਾਲੀ ਸਾਰੇ ਖਾਦ ਪਦਾਰਥਾਂ ਨੂੰ ਹਜ਼ਮ ਕਰਨ, ਸੋਖਣ ਅਤੇ ਗ੍ਰਹਿਣ ਕਰਨ ਦੇ ਯੋਗ ਹੈ ਅਤੇ ਪਾਚਕ ਰਹਿੰਦ ਖੂੰਹਦ ਉਤਪਾਦ ਨਿਯਮਿਤ ਤੌਰ 'ਤੇ ਬਾਹਰ ਕੱਢੇ ਜਾਂਦੇ ਹਨ। ਮੈਂ ਆਪਣੇ ਸਰੀਰ ਦੇ ਹਰੇਕ ਸੈੱਲ ਵਿੱਚ ਬਿਜਲੀ ਅਤੇ ਰਸਾਇਣਿਕ ਬਾਰੰਬਾਰਤਾ ਨੂੰ ਇਕਸੁਰਤਾ ਅਤੇ ਸੰਤੁਲਨ ਵਿੱਚ ਰਹਿਣ ਅਤੇ ਖਰਾਬ ਸੈੱਲਾਂ ਨੂੰ ਹਜ਼ਮ ਕਰਨ ਦਾ ਹੁਕਮ ਦਿੰਦੇ ਹਾਂ। ਮੈਂ ਖਾਣ ਪਾਣ, ਟੈਕਨੋਲੋਜੀ, ਮੀਡੀਆ, ਟਿਲਮਟ, ਚੁਗਲੀ, ਆਲਸ, ਬਹੁਤ ਜ਼ਿਆਦਾ ਨੀਂਦ, ਸੁਸਤਤਾ ਅਤੇ ਜ਼ਬਰਦਸਤੀ ਖਰੀਦਦਾਰੀ ਵਿੱਚ ਹਰ ਕਿਸਮ ਦੇ ਨਸ਼ਾ, ਸ਼ਰਾਬ, ਨਿਕੋਟੀਨ, ਨਸ਼ੇ ਵਿੱਚ ਬਹੁਤ ਜ਼ਿਆਦਾ ਭੋਗ ਨੂੰ ਕੈਦ ਕਰਦੀ ਹਾਂ ਅਤੇ ਮਸੀਹ ਦੀ ਆਗਿਆਕਾਰੀ ਵਿੱਚ ਇਸ ਨੂੰ ਲੈਂਦੀ ਹਾਂ। ਮੈਂ ਯੇਸ਼ੂ ਦੇ ਵਾਂਗ ਹੀ ਹਾਂ। ਹਰ ਚੀਜ਼ ਜੋ ਰੱਬ ਨੇ ਬਣਾਈ ਹੈ ਉਹ ਮੇਰੇ ਲਈ ਜੀਵਨ ਅਤੇ ਇਲਾਜ ਹੈ, ਇਸ ਲਈ ਭੋਜਨ ਤੁਰ ਜਾਨਵਰਾਂ ਆਦਿ ਤੋਂ ਐਲਰਜੀ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ। ਪਰਮਾਤਮਾ ਨੇ ਮੈਨੂੰ ਸਾਰੀ ਧਰਤੀ ਉੱਤੇ ਰਾਜ ਦਿੱਤਾ ਹੈ। ਮੇਰੀ ਪ੍ਰਜਨਨ ਪ੍ਰਣਾਲੀ ਲੋੜੀਂਦੀ ਮਾਤਰਾ ਅਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾਣੂਆਂ ਦਾ ਉਤਪਾਦਨ ਅਤੇ ਜਮ੍ਹਾਂ ਕਰ ਰਹੀ ਹੈ। ਮੇਰੀ ਪ੍ਰਜਨਨ ਪ੍ਰਣਾਲੀ ਸਮੇਂ ਸਿਰ ਅੰਡੇ ਦੇ ਸੈੱਲਾਂ ਦਾ ਉਤਪਾਦਨ ਕਰ ਰਹੀ ਹੈ, ਗਰੱਭਸਥ ਸ਼ਿਸ਼ੂ ਨੂੰ ਜਨਮ ਤੱਕ ਬਚਾਉਂਦੀ ਅਤੇ ਪੋਸ਼ਣ ਦਿੰਦੀ ਹੈ। ਹਰ ਅੰਗ ਮੇਰੇ ਸਰੀਰ ਦਾ ਹਰ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ, ਜਿਸ ਦੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ ਅਤੇ ਮੈਂ ਆਪਣੇ ਸਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਾੜ ਨੂੰ ਵਰਜਿਤ ਕਰਦੀ ਹਾਂ। ਮੇਰਾ ਸਾਰਾ ਮਨੁੱਖੀ ਸਰੀਰ ਅਤੇ ਵਿਗਿਆਨ ਮਸੀਹ ਯੇਸ਼ੂ ਵਿੱਚ ਸੰਪੂਰਨ ਹੈ। ਹਾਲੇਲੂਯਾ, ਆਮੀਨ। ਪਿਤਾ,
ਮੈਨੂੰ ਪਿਆਰ ਕਰਦਾ ਹੈ, ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ। ਰੱਬ ਦਾ ਪੁੱਤਰ ਮੈਨੂੰ ਪਿਆਰ ਕਰਦਾ ਹੈ, ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ। ਪਰਮਾਤਮਾ ਮੈਨੂੰ ਪਿਆਰ ਕਰਦਾ ਹੈ, ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ। ਸ਼ਲੋਮ।